इनकलाबी बगावत दा जाग लग्यो करदी रबाई मेरी नदीमा सलाम तैनू करदी रबाई मेरी नदीमा सलाम तैनू साहितक शकीना रल के दिता इनाम तैनू हाजर शिगिरद करदा कविता दा जाम तैनू आदर दे नाल करदा कावक प्रणाम तैनू। ये मेरी उस्ताद लो एक शिगिरद दी कुछ चार लाइना उहदे उस्ते दी। मैं भगत सिंह बारे दो कवितावां लिखिया सी अपनी लाइफ च, एक बुत बोल पिया एक चिखा बोली। उहदे चों मैं कट थोड़ा जिहा पेश करना चाहुंदा कि सतलुज किनारे सड़ रही एक चिखा अध कच्ची जिही, सतलुज किनारे सड़ रही एक चिखा अध कच्ची जिही, सेक जिसका सितम करदी हिक जांदा चीरदा, विलकिया पंजाब ते बंगाल भूमी रोपिया रूप काला हो गया जां वतन दी तस्वीर दा। एक मंजर है भगत सिंह दी चिखा दा, ਵੀ ਸ਼ੂਕ ਦੇ ਸਤਲੁਜ ਦਾ ਸੀਨਾ ਪਸੀਨਾ ਹੋ ਗਿਆ, ਜ਼ੁਲਮ ਹੁੰਦਾ ਦੇਖ ਕੇ ਲਹਿਰਾਂ ਦਾ ਜਿਗਰਾ ਖੁਰ ਗਿਆ, ਡੋਲ ਕੇ ਹੰਝੂ ਚਿਖਾ ਦੇ ਚਰਨਾਂ 'ਚ ਲੁਸਦਾ ਹੋਇਆ ਸਤਲੁਜ ਪੁਰਾਣੇ ਪੰਧ ਆਪਣੇ ਤੁਰ ਗਿਆ। ਧੁਖ ਰਹੇ ਧੂੰਏ ਦੇ ਬੱਦਲ ਅੰਬਰਾਂ ਨੂੰ ਛੋਹ ਰਹੇ, ਤਾਰਿਆਂ ਦੀ ਜਗਮਗਾਹਟ ਜ਼ਖਮ ਬਣਦੀ ਜਾ ਰਹੀ, ਚਿਖਾ ਦੇ ਸੀਨੇ 'ਤੇ ਅੰਬਰ ਤ੍ਰੇਹੇ ਬਣ ਕੇ ਝੜ ਪਿਆ, ਰਾਤ ਕਾਲੀ ਜ਼ੁਲਮ ਦੀ ਭਾਰਤ ਦੇ ਸਿਰ 'ਤੇ ਛਾ ਰਹੀ। ਮਾਂ ਦਾ ਕਲੇਜਾ ਪਾਟਿਆ ਸੁਣ ਕਹਾਣੀ ਪੁੱਤ ਦੀ, ਆਂਦਰਾਂ ਦੀ ਸਾਂਝ ਨੇ ਗਮ ਨੂੰ ਪਲੇਟੇ ਪਾ ਲਏ, ਹੋ ਗਈ ਅੰਨੀ ਛਦਾਈਆਂ ਵਾਂਗ ਮਾਂ ਦੀ ਮਮਤਾ ਦੌੜਦੀ ਜਾਂਦੀ ਨੇ, ਸੌ ਸੌ ਬਾਹਰ ਠੇਡੇ ਖਾ ਲਏ, ਹੰਝੂਆਂ ਦੇ ਸਾਗਰੀ ਪਲਕਾਂ ਦੇ ਵਿਹੜੇ ਕੇਸ ਖੁੱਲ੍ਹੇ, ਭੈਣ ਦੀ ਹਾਲਤ ਵਿਰਾਨੀ ਹੋ ਗਈ, ਵੀਰ ਦੇ ਬੈਰਾਗ ਵਿੱਚ ਪਾਗਲ ਛਦੈਣ ਹੋ ਗਈ, ਉਮਰ ਚੜ੍ਹਦੀ ਵਿੱਚ ਹੀ ਬੁੱਢੀ ਜਵਾਨੀ ਹੋ ਗਈ। ਇਹ ਪੁੱਛਦੀ ਇਹ ਚਿਖਾ ਨੂੰ ਨਹੀਂ ਦਸ ਵੀਰਾਂ ਖਾਣੀਏ, ਭੈਣ ਅਮਰ ਕੌਰ ਇਹ ਪੁੱਛਦੀ ਏ ਚਿਖਾ ਨੂੰ ਨੀ ਦਸ ਵੀਰਾਂ ਖਾਣੀਏ, ਅੱਜ ਗੋਬ ਤੇਰੀ ਵਿੱਚ ਹੈ ਕਿਸ ਦਾ ਜੀਵਨ ਹਰ ਗਿਆ, ਨੀ ਵੀਰ ਮੇਰਾ ਭਗਤ ਸਿੰਘ ਛੱਡ ਵਤਨਾਂ ਨੂੰ ਜਾਂਦਾ ਹੋਇਆ, ਭੈਣ ਆਪਣੀ ਵਾਸਤੇ ਸੀ ਕਿਹੜਾ ਵਾਅਦਾ ਕਰ ਗਿਆ। ਵੀ ਚਿਖਾ ਬੋਲੀ ਤਿੰਨ ਰੂਹਾਂ ਦੇ ਸਮੁੱਚੇ ਪਿਆਰ 'ਚੋਂ, ਚਿਖਾ ਬੋਲੀ ਤਿੰਨ ਰੂਹਾਂ ਦੇ ਸਮੁੱਚੇ ਪਿਆਰ 'ਚੋਂ, ਨੀਰ ਨੈਣੀ ਤਿੰਨਾਂ ਦੇ ਸੀਨੇ 'ਚੋਂ ਜਿਸ ਦਮ ਝੜ ਗਿਆ, ਸਿਸਕੀਆਂ ਭਰਦੀ ਭੈਣ ਨੂੰ ਤਿੰਨਾਂ ਕਿਹਾ, ਮਹਾਰਾਸ਼ਟਰ ਨੂੰ ਪੰਜਾਬ ਅੱਜ ਜੱਫੀ 'ਚ ਲੈ ਕੇ ਮਰ ਗਿਆ, ਰਾਜਗੁਰੂ ਮਹਾਰਾਸ਼ਟਰ ਦਾ ਸੀਗਾ। ਚਿਖਾ ਬੋਲੀ ਤਿੰਨ ਰੂਹਾਂ ਦੇ ਸਮੁੱਚੇ ਪਿਆਰ 'ਚੋਂ, ਨੀਰ ਨੈਣੀ ਤਿੰਨਾਂ ਦੇ ਸੀਨੇ ਜਿਸ ਦਮ ਝੜ ਗਿਆ, ਸਿਸਕੀਆਂ ਭਰਦੀ ਭੈਣ ਨੂੰ ਤਿੰਨਾਂ ਕਿਹਾ, ਮਹਾਰਾਸ਼ਟਰ ਨੂੰ ਪੰਜਾਬ ਅੱਜ ਜੱਫੀ 'ਚ ਲੈ ਕੇ ਮਰ ਗਿਆ। ਵੀ ਜੰਗ ਜਿੱਤਣਾ ਜੰਗ ਹਾਰਨਾ ਹਿੱਸਾ ਹੈ ਸੰਘਰਸ਼ ਦਾ, ਜੰਗ ਜਿੱਤਣਾ ਜੰਗ ਹਾਰਨਾ ਹਿੱਸਾ ਹੈ ਸੰਘਰਸ਼ ਦਾ, ਮੌਤ ਹੁੰਦੀ ਉਸ ਨਾਲ ਜੋ ਸੋਚ ਪੱਖੋਂ ਹਰ ਗਿਆ, ਮੋਹਲੇ ਧਾਰ ਗੋਲੀਆਂ ਦੀ ਬਾਛੜ 'ਚੋਂ ਜਿਹੜਾ ਲੰਘ ਜਾਏ, ਯਕੀਨਨ ਲਾੜੀ ਮੌਤ ਨੂੰ ਸੂਰਮਾ ਉਹ ਵਰ ਗਿਆ। ਜੰਗ ਜਿੱਤਣਾ ਜੰਗ ਹਾਰਨਾ ਹਿੱਸਾ ਹੈ ਸੰਘਰਸ਼ ਦਾ, ਮੌਤ ਹੁੰਦੀ ਉਸ ਨਾਲ ਜੋ ਸੋਚ ਪੱਖੋਂ ਹਰ ਗਿਆ, ਮੋਹਲੇ ਧਾਰ ਗੋਲੀਆਂ ਦੀ ਬਾਛੜ ਨੂੰ ਜਿਹੜਾ ਲੰਘ ਜਾਏ, ਯਕੀਨਨ ਲਾੜੀ ਮੌਤ ਨੂੰ ਸੂਰਮਾ ਉਹ ਵਰ ਗਿਆ। ਰਾਖਾ ਮੈਂ ਭਾਰਤ ਵਰਸ਼ ਦਾ ਆਪਾਂ ਮਿਟਾਉਣਾ ਜਾਣਦਾ, ਭਗਤ ਸਿੰਘ ਰਾਖਾ ਮੈਂ ਭਾਰਤ ਵਰਸ਼ ਦਾ ਆਪਾਂ ਮਿਟਾਉਣਾ ਜਾਣਦਾ, ਉਜੜੇ ਵਸਾਉਂਦਾ ਰਿਹਾ ਹਾਂ ਬਾਸੀ ਮੈਂ ਕਾਹਨੂੰ ਆਣਦਾ, ਗੈਰਤ ਨਾਲ ਜੀਣਾ ਜਾਣਦਾ ਗੈਰਤ ਨਾਲ ਮਰਨਾ ਜਾਣਦਾ, ਤੂੰਬੇ ਕਰਾ ਕੇ ਜਿਸਮ ਦੇ ਮੈਂ ਜਬਰ ਜਰਨਾ ਜਾਣਦਾ ਬੰਦਾ ਬਹਾਦਰ। ਚਿਖਾ ਵਿੱਚੋਂ ਫਿਰ ਉੱਠੀ ਇੱਕ ਪਛਾਣੀ ਹੋਈ ਆਵਾਜ਼, ਚਿਖਾ ਵਿੱਚੋਂ ਫਿਰ ਉੱਠੀ ਇੱਕ ਪਛਾਣੀ ਹੋਈ ਆਵਾਜ਼, ਭੈਣ ਮੇਰੀ ਦੇਸ਼ ਬਦਲੇ ਦੁੱਖ ਸਹਿੰਦਾ ਰਹਾਂਗਾ, ਦੇਸ਼ ਦਾ ਤਿਰੰਗਾ ਜਦੋਂ ਤੱਕ ਦੇਸ਼ ਵਿੱਚ ਝੁੱਲਦਾ, ਲੋੜ ਵੇਲੇ ਵਤਨ ਅੰਦਰ ਜਨਮ ਲੈਂਦਾ ਰਹਾਂਗਾ, ਭਾਰਤ ਦਾ ਪਹਿਰੇਦਾਰ ਮੈਂ ਆਸ਼ਕ ਆਜ਼ਾਦੀ ਹੀਰ ਦਾ, ਦਿਲ ਦੀਆਂ ਤਾਰਾਂ 'ਚੋਂ ਭੈਣੇ ਮੇਘਲਾ ਨਹੀਂ ਸੋਹੀ ਦਾ, ਮੰਜ਼ਿਲ ਦਰਾਡੀ ਹੈ ਅਜੇ ਕੁਰਬਾਨੀਆਂ ਦੀ ਲੋੜ ਹੈ, ਧਾਮੀ ਵਤਨ ਦੇ ਪਰਵਾਨਿਆਂ ਦੀ ਮਰੀ 'ਤੇ ਨਹੀਂ ਰੋਈਦਾ। ਬੋਲਣ ਨੂੰ ਬਹੁਤ ਕੁਛ ਸੀਗਾ, ਟਾਈਮ ਦੇ ਪਾਬੰਦੀ ਥੋੜ੍ਹੀ, ਮਿਹਰਬਾਨੀ ਤੁਹਾਡੀ ਸੁਣ ਲਈ। ਅਸੀਂ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਪ੍ਰੋਪਰਟੀ ਲੱਭ ਕੇ ਦੇ ਸਕਦੇ ਹਾਂ, ਕਮਰਸ਼ੀਅਲ ਜਾਂ ਰੈਜੀਡੈਂਸੀ ਪ੍ਰੋਪਰਟੀ ਖਰੀਦਣ ਜਾਂ ਵੇਚਣ ਦੇ ਲਈ, ਭਰੋਸੇਯੋਗ ਅਤੇ ਇਮਾਨਦਾਰ ਸੇਵਾ ਪ੍ਰਾਪਤ ਕਰਨ ਲਈ ਪਲੀਜ਼ ਕਾਲ ਮੀ ਐਟ 778-552-7636। ਕੀ ਹੋਇਆ, ਕਿਸ ਨਾਲ ਲੜਕੇ ਹੈਗੀ ਹੈ? ਤੁਹਾਨੂੰ ਤਾਂ ਹਰ ਵੇਲੇ ਮਜ਼ਾਕ ਹੀ ਸੁੱਝਦਾ ਹੈ। ਕੀ ਹੋਇਆ? ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਵਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਘਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆਪ ਪੇਪਰ ਲੈ ਕੇ ਆਓ, ਕਦੇ ਆਪ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਹਾਂ, ਇੰਨੀ ਕੀ ਗੱਲ ਆ। ਜਦੋਂ ਆਪਾਂ ਨਾ ਕਰਾਉਣ ਇਮੀਗ੍ਰੇਸ਼ਨ ਦੇ ਰਾਜਪਾਲ ਪੋਲੀਟਿਕਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744। ਮੋਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮੋਰਗੇਜ ਬ੍ਰੋਕਰ ਸਰਦਾਰ ਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮੋਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਰੂਪ ਸਿੰਘ ਚੰਦੀ।